ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕ ਵੀਰੋ, ਮੇਰਾ ਨਾਮ ਗੁਰਵੀਰ ਸਿੰਘ ਅਤੇ ਮੇਰੇ ਨਾਲ ਵੀਰ ਨੇ ਜਗਪਾਲ ਸਿੰਘ ਪਾਲਾ ਜੋ ਕਿ ਚੂੜਚੱਕ ਤੋਂ ਨੇ। ਸਤਿ ਸ਼੍ਰੀ ਅਕਾਲ ਬਲਾਓ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਵੀਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਹਾਂ ਵੀ ਅਸੀਂ ਕੰਮ ਨਵਾਂ ਸਟਾਰਟ ਕੀਤਾ ਜਿਹਦੇ ਵਿੱਚ ਵਰਕਸ਼ਾਪ ਦੇ ਵਿੱਚ, ਅਤੇ ਇਹ ਵਰਕਸ਼ਾਪ ਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਟਰੈਕਟਰ ਮੋਡੀਫਾਈ ਕਰਾਂਗੇ, ਤਿਆਰ ਕਰਾਂਗੇ, ਛੋਟਾ ਮੋਟਾ ਕੰਮ ਜਿੰਨਾ ਵੀ ਹੋਇਆ ਪਰਮਾਤਮਾ ਦੀ ਮਿਹਨਤ ਮਿਹਰ ਨਾਲ ਜਿੰਨਾ ਵੀ ਸਾਡਾ ਹੋਇਆ ਅਸੀਂ ਮਿਹਨਤ ਕਰਾਂਗੇ ਅਤੇ ਜਿੰਨਾ ਹੋ ਸਕਿਆ ਅਸੀਂ ਵਧੀਆ ਤੋਂ ਵਧੀਆ ਟਰੈਕਟਰ ਤਿਆਰ ਕਰਾਂਗੇ। ਅਤੇ ਇਸ ਟਰੈਕਟਰ ਵਰਕਸ਼ਾਪ ਸ਼ੁਰੂ ਕਰਨ ਦੇ ਵਿੱਚ ਸਾਡੇ ਦੋ ਜ਼ਰੂਰੀ ਸੱਜਣ ਨੇ ਜਿਨ੍ਹਾਂ ਦਾ ਅਸੀਂ ਨਾਮ ਲੈਣਾ ਚਾਹਾਂਗੇ, ਜਿਹਦੇ ਵਿੱਚੋਂ ਪਰਮਜੀਤ ਸਿੰਘ ਨਿਰਵਾਣ ਜੋ ਕਿ ਕੈਨੇਡਾ ਟੋਰਾਂਟੋ ਦੇ ਵਿੱਚ ਰਹਿੰਦੇ ਨੇ, ਅਤੇ ਇੱਕ ਵੀਰ ਜੀ ਨੇ ਸਾਡੇ ਜਸ ਵੀਰਾ ਜੋ ਕਿ ਪਿਛੋਕੜ ਉਹਨਾਂ ਦਾ ਫਰੀਦਕੋਟ ਦਾ ਹੈ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਨੇ। ਅਤੇ ਉਹਨਾਂ ਦੇ ਕਹਿਣ ਮੁਤਾਬਕ ਜਾਂ ਉਹਨਾਂ ਦੀ ਹੱਲਾਸ਼ੇਰੀ ਦੇ ਨਾਲ ਅਸੀਂ ਆਪਦਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਹੀ ਸਾਨੂੰ ਹੌਸਲਾ ਦਿੱਤਾ ਵੀ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਅਤੇ ਜਿੰਨਾ ਹੋ ਸਕਿਆ ਅਸੀਂ ਤੁਹਾਡੀ ਮਦਦ ਕਰਾਂਗੇ। ਉਹਨਾਂ ਨੇ ਕੀਤੀ ਵੀ ਅਤੇ ਅਸੀਂ ਟੂਲ ਜਿਹੜੇ ਲੈ ਕੇ ਆਏ ਹਾਂ ਈਸਟਮੈਨ ਕੰਪਨੀ ਸਾਰੀ ਉਹਨਾਂ ਤੋਂ ਲੈ ਕੇ ਆਏ ਹਾਂ, ਅਤੇ ਸਾਡਾ ਪਹਿਲਾ ਟਰੈਕਟਰ ਜਿਹੜਾ ਜਸਵੀਰੇ ਦਾ ਸੀਗਾ ਅਤੇ ਉਹਨਾਂ ਦਾ ਤਿਆਰ ਕਰਨਾ, ਅਤੇ ਇੱਕ ਸਾਨੂੰ ਪਰਮਜੀਤ ਸਿੰਘ ਅੰਕਲ ਜੀ ਹੋਣਾ ਨੇ ਟਰੈਕਟਰ ਲੈ ਕੇ ਦਿੱਤਾ ਜਿਹਦੇ ਵਿੱਚ ਪਹਿਲਾਂ ਹੀ ਜਾਣੀ ਮਤਲਬ ਤਿਆਰ ਹੋਇਆ ਸੀ ਉਹਦਾ ਇੰਜਣ ਉਂਜਣ, ਜਿਹੜਾ ਟਰੈਕਟਰ ਆ ਵੀ ਰਮਨ ਵੀਰੇ ਨੇ ਤਿਆਰ ਕੀਤਾ ਹੋਇਆ ਸੀ ਬਿਰਕਾਂ ਪਿੰਡ ਤੋਂ, ਅਤੇ ਉਹ ਕਾਫੀ ਵਧੀਆ ਸੀ। ਅਸੀਂ ਚਲਾ ਕੇ ਦੇਖਿਆ ਉਹਦਾ ਕੰਮ ਕੀਤਾ, ਅਤੇ ਬਾਕੀ ਪਾਲੇ ਵੀਰੇ ਤੈਨੂੰ ਕਿਵੇਂ ਲੱਗਿਆ ਉਹ ਟਰੈਕਟਰ? ਓਕੇ ਹੈ ਵੀਰੇ। ਅਤੇ ਕਿਵੇਂ ਵਾਹੁਣ ਵੂਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ? ਓਕੇ ਹੈ ਵੀਰੇ, ਓਕੇ। ਅਤੇ ਤੁਹਾਨੂੰ ਦਿਖਾ ਦਿੰਦੇ ਹਾਂ ਵੀਰ ਜੀ ਵੀ ਆਹ ਟਰੈਕਟਰ ਸੀਗਾ, ਅਤੇ ਇਹਦੇ ਅਸੀਂ ਮਤਲਬ ਆਹ ਜਿਹੜਾ ਹਿੱਸਾ ਵਾ ਇਹ ਅਸੀਂ ਲਾਇਆ ਵਾ, ਅਤੇ ਨਵੇਂ ਤਰੀਕੇ ਦਾ ਜਿਹੜਾ ਨਵਾਂ ਮਾਡਲ ਆਉਂਦਾ ਵਾ ਹਿੱਸੇ ਦਾ, ਅਤੇ ਬਾਕੀ ਟਰੈਕਟਰ ਇਹਦਾ ਪਹਿਲਾਂ ਇੰਜਣ ਉਂਜਣ ਸਹੀ ਸੀਗਾ, ਬਾਕੀ ਜਿਹੜੇ ਪਿੱਛੇ ਟਿਊਬਾਂ ਲਾਉਣੀਆਂ ਨੇ ਆਪਾਂ ਨਵੇਂ ਮਾਡਲ ਦੀਆਂ, ਅਤੇ ਪੀਨੀਅਨ ਦਾ ਥੋੜ੍ਹਾ ਜਿਹਾ ਕੰਮ ਕਰਨ ਵਾਲਾ, ਬਾਕੀ ਸਾਰਾ ਕੁਛ ਇਹਦਾ ਠੀਕ ਸੀਗਾ। ਹੋ ਸਕਿਆ ਉਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾਵਾਂਗੇ ਵੀ ਹੈ ਨਾ, ਵੀ ਜਿਵੇਂ ਜਿਵੇਂ ਅਸੀਂ ਕੰਮ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਅਸੀਂ ਅਪਲੋਡ ਕਰਦੇ ਰਹਾਂਗੇ। ਇਹ ਸਾਡਾ ਪਹਿਲਾ ਪਾਰਟ ਆ ਆਪਣਾ, ਅਸੀਂ ਚੈਨਲ ਨਵਾਂ ਚਲਾਇਆ ਟਰੈਕਟਰ ਸਰਜਨ ਦੇ ਨਾਮ ਤੋਂ, ਅਤੇ ਤੁਸੀਂ ਇਹ ਸਾਡਾ ਚੈਨਲ ਸਬਸਕ੍ਰਾਈਬ ਵੀ ਕਰਿਓ ਅਤੇ ਅੱਗੇ ਸ਼ੇਅਰ ਵੀ ਕਰਿਓ ਹੈ ਨਾ ਲੋਕਾਂ ਦੇ ਨਾਲ ਕੋਲ, ਅਤੇ ਸਾਡਾ ਜਿਹੜਾ ਜਿੰਨਾ ਵੀ ਅਸੀਂ ਕੰਮ ਹੋਊਗਾ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਦਿਖਾਉਂਦੇ ਰਹਾਂਗੇ ਆਪਣਾ ਮਤਲਬ ਜਿਵੇਂ ਜਿਵੇਂ ਅਸੀਂ ਕੰਮ ਕਰੀ ਜਾਵਾਂਗੇ। ਅਤੇ ਇਸ ਟਰੈਕਟਰ ਨੂੰ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਜਿਵੇਂ ਸਾਡਾ ਆਹ ਦੂਜਾ ਦਿਨ ਹੀ ਆ, ਦੂਜੇ ਦਿਨ ਦੇ ਵਿੱਚ ਅਸੀਂ ਇਹਨੂੰ ਹਿੱਸਾ ਲਾ ਚੁੱਕੇ ਹਾਂ ਅਤੇ ਨਵੇਂ ਮਾਡਲ ਦਾ, ਅਤੇ ਪਾਲੇ ਨੇ ਪਾਈਪਿੰਗ ਦੀ ਸੈਟਿੰਗ ਜਿਹੜੀ ਆ ਪਾਈਪਾਂ ਨਵੇਂ ਸੈੱਟ ਸਾਰਾ ਸੈੱਟ ਪਿਆ ਵਾ, ਅਤੇ ਇਹ ਪਾਈਪਾਂ ਇਹਨੇ ਪੂਰੇ ਤਰੀਕੇ ਦੇ ਨਾਲ ਇਹਨੂੰ ਸੈੱਟ ਲਾ ਕੇ ਉਸ ਤੋਂ ਬਾਅਦ 'ਚੋਂ ਅਸੀਂ ਸਮਾਨ ਲਿਆਂਦਾ ਸੀ ਅਸੈਸਰੀ ਦਾ ਥੋੜ੍ਹਾ ਜਿਹਾ, ਜਿਹੜਾ ਸਾਰਾ ਆਪਾਂ ਈ ਟੋਪ ਦੀ ਕੰਪਨੀ ਦਾ ਲੈ ਕੇ ਆਏ ਸੀਗੇ, ਚੈਂਬਰ ਬਦਲਣ ਵਾਲਾ ਸੀਗਾ, ਪੀਨੀਅਨ ਬਦਲਣ ਵਾਲਾ, ਅਤੇ ਬਾਕੀ ਜਿਹੜੇ ਫਿਲਟਰ ਵਗੈਰਾ ਨੇ ਉਹ ਸਾਰੇ ਚੇਂਜ ਕਰ ਦੇਣੇ ਆ। ਉਸ ਤੋਂ ਬਾਅਦ 'ਚ ਅਸੀਂ ਇਹਨੂੰ ਫਿਰ ਦੁਬਾਰਾ ਤੋਂ ਵਾਹ ਕੇ ਦੇਖਾਂਗੇ ਅਤੇ ਜਿੰਨਾ ਇਹਦਾ ਜ਼ੋਰ ਹੋ ਸਕਿਆ ਕਰਕੇ ਦੇਖਾਂਗੇ, ਇਹਦੀ ਅਲਾਈਨਮੈਂਟ ਸਹੀ ਕਰਾਂਗੇ ਵੀ ਜਿੰਨਾ ਵਧੀਆ ਚੱਲ ਸਕੇ, ਬ੍ਰੇਕਾਂ ਵਧੀਆ ਹੋ ਸਕਣ। ਜਿਵੇਂ ਕਿ ਕਈ ਲੋਕ ਕਹਿੰਦੇ ਆ ਵੀ ਫੋਰਡ ਦੀਆਂ ਬ੍ਰੇਕਾਂ ਘੱਟ ਬਣਦੀਆਂ ਨੇ, ਇਸ ਕਰਕੇ ਅਸੀਂ ਇਹਨੂੰ ਪਹਿਲਾਂ ਹੀ ਫਾਰਮ ਟਰੈਕ ਦੀਆਂ ਜਿਹੜੀਆਂ ਨਵੀਆਂ ਬ੍ਰੇਕਾਂ ਨੇ ਅਤੇ ਉਹ ਲਾਉਣੀਆਂ ਨੇ, ਅਤੇ ਉਹ ਪਰ ਮਿਲਦੀਆਂ ਸੈਕਿੰਡ ਹੈਂਡ ਹੀ ਨੇ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਸਾਡੇ ਕੋਲ ਜਿਹੜੀਆਂ ਅਵੇਲੇਬਲ ਨੇ, ਅਤੇ ਇਹ ਸਾਨੂੰ ਪਟਿਆਲੇ ਮਾਰਕੀਟ ਦੇ ਵਿੱਚੋਂ ਮਿਲੀਆਂ ਨੇ, ਅਤੇ ਉੱਥੇ ਸਾਡੇ ਮਿੱਤਰ ਨੇ ਜਿਹਨਾਂ ਨੇ ਮਤਲਬ ਅਸੀਂ ਫੋਨ ਦੇ ਨਾਲ ਕੰਟੈਕਟ ਕੀਤਾ ਅਤੇ ਉਹਨਾਂ ਨੂੰ ਸਾਨੂੰ ਪਹਿਲੇ ਬੋਲ ਦੇ ਉੱਤੇ ਸਮਾਨ ਭੇਜਿਆ, ਅਤੇ ਧੰਨਵਾਦ ਉਹਨਾਂ ਵੀਰਾਂ ਦਾ ਵੀ, ਬਾਕੀ ਦਰਸ਼ਕਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸਾਥ ਦੇਣਗੇ, ਅਤੇ ਧੰਨਵਾਦ ਅਸੀਂ ਸਾਰਿਆਂ ਦਾ ਹੀ ਕਰਦੇ ਹਾਂ ਜਿਹਨਾਂ ਵੀਰਾਂ ਦੇ ਹੱਲਾਸ਼ੇਰੀ ਦੇ ਨਾਲ ਅਸੀਂ ਕੰਮ ਸ਼ੁਰੂ ਕੀਤਾ, ਅਤੇ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਹੋਰ ਅਪਡੇਟ ਦਿੰਦੇ ਰਹਾਂਗੇ। ਧੰਨਵਾਦ ਜੀ।